बितुलांग वे महलाची तेरे पीछे आंगवाची तेरे इश्क ने मारी कुड़ी कच दी कवारी वे मैं चंबे दे पहाड़ा वाली शाम वे मुंडिया संदली संदली नैना विच तेरा नाम वे मुंडिया संदली संदली नैना विच तेरा नाम वे मुंडिया संदली संदली नैना विच तेरा नाम वे मुंडिया। सत श्री अकाल, मैं हाँ खुशी सरां। तो तुसी देख रहे होगे इस टाइम पे मैं न्यूज़ रूम च मौजूद हाँ, पर मैं इकली नहीं हाँ। मेरे नाल एक बहुत ही सुरीली आवाज़ दी मलिका मौजूद आ, जिन्हां दे कोलों अज असीं बहुत सारे गाने सुनांगे। पर उन्होंने नाल थोड़ी मुलाकात करवाउण तो पहला मैं तुहानू दस दवां कि उन्हां दे एक गीत ने पंजाबी इंडस्ट्री दे विचों वड्डे वड्डे रिकॉर्ड तोड़े। जिंदगी दे विचों कुछ करन दा जनून सी, ते उसे ही जनून दे करके अपने खंभां च उडान भरी। अपनी मेहनत दे नाल एक छोटे जे पिंड दे विचों उठ के ना सिर्फ चंडीगढ़ दा बल्कि मुंबई तक दा सफर तय किया। मेरे नाल मौजूद आ जी मन्नत नूर, जिन्हां दी हर चीज़ दे विच सानूं सब नूं नूर जिहड़ा आ ओह हमेशा नज़र आउंदा है। सो सब तो पहला स्वागत कर लैंदे आ। सत श्री अकाल जी। सत श्री अकाल, बहुत स्वागत है डेली पोस्ट। थैंक यू सो मच। सब तो पहला तो मैं ये कहांगी कि बड़े खूबसूरत लग रहे हो पंजाबी सूट दे विच, मैं चाहने कोई लुक दिखा दिओ। सो कुड़ियों नूं बड़ा चाह हुंदा है, मन्नत गल करिए तैयार हों दी रेडी हों दी, अच्छा ये चीज़ वेयर करनी है, इवें दा हेयर स्टाइल होवे, इवें दा मेकअप होवे। सो तुहानूं किन्ना क चाह रहिंदा इन्हां चीज़ां दा? ਮੈਨੂੰ ਤਿਆਰ ਤਿਉਰ ਹੋਣ ਦਾ ਤਾਂ ਚਾਹ ਬਹੁਤ ਘੱਟ ਰਹਿੰਦਾ ਹੈ, ਉਹ ਕਈ ਵਾਰੀ ਹੋਣਾ ਪੈਂਦਾ ਹੈ ਤਾਂ ਬੜਾ ਔਖਾ ਲੱਗਦਾ ਹੈ, ਮਤਲਬ ਮੇਕਅਪ ਕਰਨਾ ਬਹੁਤ ਔਖਾ ਲੱਗਦਾ ਹੈ, ਸੂਟ ਕੈਰੀ ਕਰਨੇ ਥੋੜ੍ਹੇ ਜਿਹੇ ਔਖੇ ਲੱਗਦੇ ਆ। ਬਟ ਜਿਵੇਂ ਕਿ ਸਾਡੇ, ਮੈਂ ਹਮੇਸ਼ਾ ਸੋਚਦੀ ਹੁੰਦੀ ਹਾਂ ਕਿ ਸਾਡੇ ਜਿਹੜਾ ਪੰਜਾਬੀ ਕਲਚਰ ਹੈ ਉਹਨੂੰ ਕਿਤੇ ਨਾ ਕਿਤੇ ਸਾਨੂੰ ਜ਼ਿੰਦਾ ਰੱਖਣ ਵਾਸਤੇ ਇਹ ਸਾਰੀਆਂ ਚੀਜ਼ਾਂ ਕੈਰੀ ਕਰਨੀਆਂ ਬਹੁਤ ਜ਼ਰੂਰੀ ਨੇ। ਸੋ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕੈਰੀ ਕਰਨ ਦੀ। ਜੀ, ਸੋ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਪ੍ਰਮੋਸ਼ਨ ਚੱਲ ਰਹੇ ਨੇ, ਬੈਕ ਟੂ ਬੈਕ ਇੰਟਰਵਿਊਜ਼ ਹੋ ਰਹੀਆਂ ਨੇ, ਅਤੇ ਅੱਜ ਵੀ ਜਦੋਂ ਮੈਨੂੰ ਮਿਲੇ ਮਨਾਂ ਤੁਹਾਨੂੰ ਇੱਕੋ ਚੀਜ਼ ਕਹੀ ਕਿ ਹਾਂ ਕਾਫੀ ਥੱਕੇ ਹੋਏ ਨੇ, ਕਿਉਂਕਿ ਜਿਹੜਾ ਵਰਕ ਦਾ ਬਰਡਨ ਹੈ ਨਾ ਉਹ ਕਾਫੀ ਜ਼ਿਆਦਾ ਚੱਲ ਰਿਹਾ, ਕਿਉਂਕਿ ਸੌਂਗ ਆਇਆ ਰੀਸੈਂਟਲੀ ਤੁਹਾਡਾ, ਅਤੇ ਮੈਂ ਚਾਹੁੰਦੀ ਕਿ ਸ਼ੁਰੂਆਤ ਕਰਦੇ ਹਾਂ ਉਸੇ ਹੀ ਗਾਣੇ ਦੇ ਨਾਲ। ਸਭ ਤੋਂ ਪਹਿਲਾਂ ਤਾਂ ਸੌਂਗ ਦੇ ਬਾਰੇ ਦੱਸ ਦਿਓ, ਹਰਦੀਪ ਗਰੇਵਾਲ ਦੇ ਨਾਲ ਕਿਵੇਂ ਪਲਾਨ ਬਣਿਆ ਸੌਂਗ ਕਰਨ ਦਾ? ਹਰਦੀਪ ਗਰੇਵਾਲ ਜੀ ਬਹੁਤ ਅੱਛੇ ਆਰਟਿਸਟ ਨੇ, ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਉਹਨਾਂ ਦਾ। ਅਸੀਂ ਇਨਫੈਕਟ ਸਾਡਾ ਇਸ ਗਾਣੇ ਤੋਂ ਪਹਿਲਾਂ ਇੱਕ ਦੋ ਜਿਹੜੇ ਗਾਣੇ ਆਏ ਸੀ ਉਹਨਾਂ ਦੇ ਵਿੱਚ ਅਸੀਂ ਪਲਾਨ ਕੀਤਾ ਸੀ ਕਿ ਉਹਨਾਂ ਨੂੰ ਇਹਦੇ ਵਿੱਚ ਅਸੀਂ ਫੀਚਰ ਕਰਾਵਾਂਗੇ। ਓਕੇ, ਬਟ ਕੁਛ ਸਬੱਬ ਨਹੀਂ ਬਣ ਪਾਇਆ ਕਿਉਂਕਿ ਉਦੋਂ ਉਹ ਬਿਜ਼ੀ ਸੀਗੇ। ਦੈਨ ਇਸ ਗਾਣੇ ਵਾਸਤੇ ਸਾਨੂੰ ਪਰਫੈਕਟ, ਮੇਰੀ ਟੀਮ ਨੂੰ ਲੱਗਾ ਕਿ ਪਰਫੈਕਟ ਮੈਚ ਹੋ ਗਿਆ ਇਸ ਗਾਣੇ ਦੇ ਲਈ। ਸੋ ਦੈਨ ਅਸੀਂ ਪਲਾਨ ਕੀਤਾ ਸੀ ਅਤੇ ਗਾਣਾ ਬਹੁਤ ਸੋਹਣਾ ਸ਼ੂਟ ਹੋਇਆ। ਤੇ ਪਹਿਲੇ ਮੈਂ ਗਾਣਾ ਸੁਣਾ ਦਾ? ਬਿਲਕੁਲ ਬਿਲਕੁਲ ਜੀ, ਆਪਾਂ ਸੌਂਗ ਦੇ ਨਾਲ ਹੀ ਸ਼ੁਰੂਆਤ ਕਰ ਲੈਣੇ। ਚਲੋ ਜੀ, ਮਿਊਜ਼ੀਕਲ ਸ਼ੁਰੂਆਤ। ਸਾਰਿਆਂ ਨੇ ਕਹਿਣਾ ਕੁੜੀ ਨੂੰ ਕਿੰਨਾ ਗਾਉਣ ਦਾ ਸ਼ੌਂਕ ਹੈ। ਚਲੋ ਜੀ, ਨਥਲੀ ਉਤਾਰੀ ਕੱਲ ਨਵਾਸੀ ਬਣਾਇਆ, ਉਹ ਨਿਜੁਨ ਜੋਗੇ ਨੇ ਮਸਾਸੀ ਦਵਾਇਆ, ਦੁਨੀਆ ਨੂੰ ਲੱਗਦਾ ਏ ਟੋਂਗ ਜੀ, ਦੁਨੀਆ ਨੂੰ ਲੱਗਦਾ ਏ ਟੋਂਗ ਜੀ, ਲਾਚੀ ਦਾ ਗਵਾਚਿਆ ਏ ਲੌਂਗ ਜੀ, ਲਾਚੀ ਦਾ ਗਵਾਚਿਆ ਏ ਲੌਂਗ ਜੀ, ਲਾਚੀ ਦਾ ਗਵਾਚਿਆ ਏ ਲੌਂਗ ਜੀ। ਵਾਹ ਜੀ ਵਾਹ, ਚਾਹੇ ਲੌਂਗ ਲਾਚੀ ਦੀ ਗੱਲ ਕਰੀਏ ਜਾਂ ਲਾਚੀ ਲੌਂਗ ਦੀ ਗੱਲ ਕਰੀਏ, ਬੜਾ ਗਹਿਰਾ ਰਿਸ਼ਤਾ ਜਿਹੜਾ ਆ ਉਹ ਤੁਹਾਡੇ ਨਾਲ ਜੁੜਿਆ ਹੋਇਆ ਇਸ ਚੀਜ਼ ਦਾ। ਸੋ ਮੈਨੂੰ ਜਦੋਂ ਸੌਂਗ ਨੂੰ ਪਲਾਨ ਕਰ ਰਹੀ ਸੀ ਤਾਂ ਕੀ ਕੁਛ ਮਾਇੰਡ 'ਚ ਚੱਲ ਰਿਹਾ ਸੀ? ਕਿਉਂਕਿ ਇੱਕ ਚੀਜ਼ ਹਮੇਸ਼ਾ ਹੁੰਦੀ ਇੱਕ ਸਿੰਗਰ ਦੀ ਗੱਲ ਕਰੀ ਕਿ ਅੱਛਾ ਇਵੇਂ ਦੇ ਲਿਰਿਕਸ ਹੋਣ, ਕੌਣ ਡਾਇਰੈਕਟ ਕਰ ਰਿਹਾ ਹੈ, ਕੌਣ ਮੇਰੇ ਨਾਲ ਕੰਮ ਕਰ ਰਿਹਾ, ਕਾਫੀ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਮਾਇੰਡ ਵਿੱਚ ਰੱਖਦੇ ਹੋਵੋਗੇ। ਲਿਰਿਕਸ ਤਾਂ ਆਪਣੀ ਸ਼ਾਇਦ ਪਹਿਲਾਂ ਵੀ ਇੰਟਰਵਿਊ ਹੋਈ ਹੈ, ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਮੇਰਾ ਹਮੇਸ਼ਾ ਕਹਿਣਾ ਇਹ ਹੁੰਦਾ ਕਿ ਮੈਂ ਲਿਰਿਕਸ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੀ ਹੁੰਦੀ ਹਾਂ, ਕਿਉਂਕਿ ਲਿਰਿਕਸ ਮੇਰੇ ਲਈ ਬਹੁਤ ਮੈਟਰ ਕਰਦੇ ਆ। ਇਨਫੈਕਟ ਹਰ ਇੱਕ ਆਰਟਿਸਟ ਦੇ ਲਈ ਉਹ ਮੈਟਰ ਕਰਨੇ ਚਾਹੀਦੇ, ਕਿਉਂਕਿ ਸਾਨੂੰ ਸਾਡੇ ਜਿਹੜੇ ਗਾਣੇ ਹੈਗੇ ਆ ਸੁਣ ਕੇ ਲੋਕ ਉਹਨਾਂ ਤੋਂ ਇੰਸਪਾਇਰ ਹੁੰਦੇ ਆ। ਸੋ ਮੈਨੂੰ ਜਿਨ੍ਹਾਂ ਗਾਣਿਆਂ ਕਰਕੇ ਮੈਨੂੰ ਲੋਕ ਪਿਆਰ ਕਰਦੇ ਆ, ਰਿਸਪੈਕਟ ਕਰਦੇ ਆ, ਬਿਲਕੁਲ ਮੈਂ ਹਮੇਸ਼ਾ ਇਹ ਚਾਹੁੰਦੀ ਹੁੰਦੀ ਹਾਂ ਕਿ ਉਹ ਰਿਸਪੈਕਟ, ਉਹ ਪਿਆਰ ਹਮੇਸ਼ਾ ਉੱਦਾਂ ਹੀ ਬਰਕਰਾਰ ਰਹੇ। ਇਸ ਕਰਕੇ ਮੈਨੂੰ ਮੈਂ ਲਿਰਿਕਸ 'ਤੇ ਜ਼ਿਆਦਾ ਧਿਆਨ ਦਿੰਦੀ ਹੁੰਦੀ ਹਾਂ ਕਿ ਕੋਈ ਇੱਦਾਂ ਦਾ ਲਿਰਿਕਸ ਨਾ ਹੋਵੇ ਜਿਹੜਾ ਕੋਈ ਵੀ ਇਨਸਾਨ ਆਪਦੀ ਫੈਮਿਲੀ ਦੇ ਵਿੱਚ ਬੈਠ ਕੇ ਨਾ ਸੁਣ ਸਕਿਆ, ਉਹਦਾ ਕੁਛ ਇੱਦਾਂ ਦਾ ਮੀਨਿੰਗ ਨਿਕਲੇ ਜਿਹਦਾ ਜਿਹਦੇ ਨਾਲ ਮਿਊਜ਼ਿਕ ਦਾ ਕੋਈ ਲੈਣਾ ਦੇਣਾ ਹੀ ਨਾ ਹੋਵੇ, ਰਾਈਟ? ਸੋ ਇਸ ਕਰਕੇ ਮੈਂ ਲਿਰਿਕਸ 'ਤੇ ਧਿਆਨ ਦਿੰਦੀ ਹੁੰਦੀ ਹਾਂ। ਅਤੇ ਇਹ ਗਾਣਾ ਤੁਸੀਂ ਜੀ ਗਾਣਾ ਪੂਰਾ ਸੁਣਿਆ ਹੋਏਗਾ ਤਾਂ ਇਹਦੇ 'ਚ ਲਿਰਿਕਸ ਬਹੁਤ ਕਹਿ ਲਓ ਕਿ ਬਹੁਤ ਸਿੰਪਲ, ਸਾਫ਼ ਸੁਥਰੇ, ਅਤੇ ਜਿੱਦਾਂ ਦੇ ਮੇਰੇ ਪਹਿਲਾਂ ਗਾਣੇ ਸੀਗੇ, ਸਾਫ਼ ਸੁਥਰੇ, ਸਿੰਪਲ ਵਰਡਿੰਗ, ਸਮਝ ਬੜੀ ਬੜੀ
ਕਹਿ ਸਕਦੇ ਹਾਂ ਕਿ ਬੜੀ ਕੈਜੂਅਲ ਜੀ ਜਿਹੜੀ ਆਪਾਂ ਨੋਰਮਲ ਲੈਂਗੁਏਜ ਗੱਲ ਕਰਦੇ ਹਾਂ, ਸੋ ਉੱਦਾਂ ਹੈਗੇ. ਸੋ ਲਿਰਿਕਸ ਮੈਨੂੰ ਬਹੁਤ ਪਸੰਦ ਆਏ ਸੀ, ਬਟ ਚੱਕਰ ਇਹ ਹੋਇਆ ਸੀ ਕਿ ਜਦੋਂ ਇਹ ਗਾਣਾ ਮੈਨੂੰ ਮਿਲਿਆ ਸੀ, ਮੈਂ ਐਕਚੁਲੀ ਇਹਦੇ ਲਈ ਮਨ੍ਹਾ ਕੀਤਾ ਸੀ ਕਿਉਂਕਿ ਇਹਦੇ ਵਿੱਚ ਲੌਂਗ ਲਾਚੀ ਦਾ ਜ਼ਿਕਰ ਸੀ, ਅਤੇ ਮੈਂ ਇਹ ਨਹੀਂ ਚਾਹੁੰਦੀ ਸੀ ਕਿ ਲੋਕ ਇਹਨੂੰ ਇਹ ਕਹਿਣ ਕਿ ਮੰਨਤ ਨੇ ਲੌਂਗ ਲਾਚੀ 2 or 3 ਕੀਤਾ. ਮੈਨੂੰ ਇਸ ਕਰਕੇ ਹਮੇਸ਼ਾ ਡਰ ਰਹਿੰਦਾ ਸੀ ਕਿਉਂਕਿ ਜਿਹੜਾ ਇੱਕ ਮੈਂ ਗਾਇਆ ਪਹਿਲਾਂ, ਜਿਹੜਾ ਇੰਨਾ ਜ਼ਿਆਦਾ ਲੋਕਾਂ ਨੇ ਉਸ ਗਾਣੇ ਨੂੰ ਪਿਆਰ ਦਿੱਤਾ, ਤਾਂ ਮੈਂ ਕਦੀ ਵੀ ਨਾ ਕੋਈ ਵੀ ਜਿੱਦਾਂ ਪਾਰਟ 2 ਆਉਂਦਾ ਉਹ ਮੈਂ ਕਦੀ ਵੀ ਮਤਲਬ ਮੈਨੂੰ ਨਹੀਂ ਲੱਗਦਾ ਕਿ ਆਉਣਾ ਚਾਹੀਦਾ, ਕਿਉਂਕਿ ਇੱਕ ਜਿਹੜੀ ਚੀਜ਼ ਆਪਣੀ ਜਗ੍ਹਾ ਇੰਨੀ ਜ਼ਿਆਦਾ ਹਿੱਟ ਹੋਈ ਹੁੰਦੀ ਉਹਨੂੰ ਆਪਾਂ ਸੈਕਿੰਡ ਪਤਾ ਨਹੀਂ ਕਿਉਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਟ ਠੀਕ ਹੈ ਸਭ ਦੀ ਆਪਣੀ ਆਪਣੀ ਸੋਚ. ਅਤੇ ਇਸ ਕਰਕੇ ਮੈਂ ਡਰਦੀ ਸੀ ਕਿ ਨਹੀਂ ਯਾਰ ਲੋਕ ਇਹ ਨਾ ਕਹਿਣ ਕਿ ਇਸ ਤਰੀਕੇ ਨਾਲ ਇਹਨਾਂ ਨੇ ਕੀਤਾ. ਓਕੇ, ਸੋ ਤੁਸੀਂ ਕਦੇ ਚਾਹੁੰਦੇ ਹੋ ਕਿ ਜਿਹੜਾ ਇੰਨਾ ਪਹਿਲਾਂ ਸੌਂਗ ਹਿੱਟ ਹੋ ਕਦੇ ਰੀਕ੍ਰੀਏਟ ਹੋਵੇ? ਨਹੀਂ ਯਾਰ, ਉਹ ਨਾ ਹੋਵੇ, ਬਹੁਤ ਹੋ ਗਿਆ, ਉਹ ਨਹੀਂ ਹੋਣਾ ਚਾਹੀਦਾ ਜੀ. ਸੋ ਜਦੋਂ ਇਹ ਗਾਣਾ ਮੈਨੂੰ ਮਿਲਿਆ ਪਹਿਲਾਂ ਤਾਂ ਮੈਂ ਮਨ੍ਹਾ ਕੀਤਾ, ਅਤੇ ਬਾਅਦ 'ਚ ਨਾ ਮੇਰੀ ਟੀਮ ਨੇ ਮੈਨੂੰ ਐਕਚੁਅਲੀ ਫੋਰਸ ਵੀ ਕੀਤਾ ਕਿ ਨਹੀਂ ਅਸੀਂ ਉੱਧਰ ਨਹੀਂ ਜਾਵਾਂਗੇ, ਅਸੀਂ ਇਹਦਾ ਨਾਮ ਨਹੀਂ ਰੱਖਦੇ ਲੌਂਗ ਲਾਚੀ ਕਿਉਂਕਿ ਇਹ ਬਿਲਕੁਲ ਸੈਪਰੇਟ ਜੀ ਚੀਜ਼ ਹੈਗੀ ਹੈ, ਉਸ ਚੀਜ਼ ਤੋਂ ਬਿਲਕੁਲ ਡਿਫਰੈਂਟ ਜੀ ਚੀਜ਼ ਹੈਗੀ ਹੈ, ਤੁਸੀਂ ਪੂਰੇ ਲਿਰਿਕਸ ਸੁਣੋ ਹੀ ਹੋ. ਪਰ ਲਿਰਿਕਸ ਤਾਂ ਬੜੇ, ਕਿਉਂਕਿ ਇਹਦੇ ਵਿੱਚ ਕੁੜੀ ਆਪਣੇ ਆਪ ਨੂੰ ਇੱਕ ਲਾਚੀ ਦਾ ਨਾਮ ਲੈ ਕੇ ਉਹ ਆਪਣਾ ਉਹਦਾ ਲੌਂਗ ਗੁੰਮ ਹੋ ਗਿਆ ਉਹਦੀ ਗੱਲ ਕਰ ਰਹੀ ਹੈ, ਬਟ ਕਿਤੇ ਨਾ ਕਿਤੇ ਹੁਣ ਜਦੋਂ ਉਹਦਾ ਗਾਣਾ ਰਿਲੀਜ਼ ਹੋਇਆ ਉਹ ਲੋਕ ਫਿਰ ਰਿਲੇਟ ਜ਼ਰੂਰ ਕਰ ਰਹੇ ਨੇ ਕਿ ਲੌਂਗ ਲਾਚੀ 3 ਜਾਂ ਲੌਂਗ ਲਾਚੀ 2 ਉੱਦਾਂ, ਬਟ ਐਕਚੁਅਲ 'ਚ ਇੱਦਾਂ ਦਾ ਕੁਛ ਵੀ ਨਹੀਂ ਹੈ. ਗਾਣੇ ਦਾ ਨਾਮ ਮਿਸਿੰਗ ਹੈ, ਇਸੇ ਕਰਕੇ ਰੱਖਿਆ ਸੀ ਮਿਸਿੰਗ, ਲੌਂਗ ਗੁੰਮ ਹੋ ਗਿਆ ਜੀ. ਵਾਹ ਜੀ ਵਾਹ. ਸੋ ਅੱਛਾ, ਬੜੇ ਸਾਰੇ ਨਾ ਮੈਸੇਜਸ ਆਉਂਦੇ ਨੇ, ਕਾਲਸ ਆਉਣ ਲੱਗ ਜਾਂਦੇ ਜਦੋਂ ਕੋਈ ਨਵਾਂ ਪ੍ਰੋਜੈਕਟ ਆਉਂਦਾ. ਫੈਮਿਲੀ ਮੈਂਬਰਸ ਦੀ ਗੱਲ ਕਰੀਏ, ਫਰੈਂਡਸ ਦੀ ਗੱਲ ਕਰੀਏ, ਇਸ ਸੌਂਗ ਤੋਂ ਬਾਅਦ ਸਭ ਤੋਂ ਬੈਸਟ ਕੰਪਲੀਮੈਂਟ ਕਿੰਨਾ ਦਾ ਤੁਹਾਨੂੰ ਲੱਗਾ, ਜਾਂ ਕਿਸੇ ਦੀ ਕੋਈ ਕਾਲ ਕੋਈ ਮੈਸੇਜ ਤੁਹਾਨੂੰ ਕਿ ਆਹ ਤਾਂ ਬਹੁਤ ਖਾਸ ਹੋ ਗਿਆ? ਮੈਨੂੰ, ਮੈਂ ਸੱਚੀ ਦੱਸਾਂ, ਗਾਣੇ ਅਸੀਂ ਬਹੁਤ ਸਾਰੇ ਕਰਦੇ ਹੁੰਦੇ ਨਾ ਡੇਲੀ ਡੇਲੀ, ਮਤਲਬ ਸਾਲ ਦੇ ਵਿੱਚ 3-4 ਗਾਣੇ ਕਰ ਹੀ ਲਈਦੇ. ਉਹਦੇ ਵਿੱਚ ਸਾਨੂੰ ਅੱਛਾ ਰਿਸਪੋਂਸ ਉਦੋਂ ਪਤਾ ਚੱਲਦਾ, ਸਾਨੂੰ ਪੋਜ਼ਿਟਿਵ ਵਾਈਬਸ ਉਦੋਂ ਆਉਂਦੀਆਂ ਨੇ ਜਦੋਂ ਕਿਤੇ ਨਾ ਕਿਤੇ ਇੰਡਸਟਰੀ ਦੇ ਵਿੱਚੋਂ ਤੁਹਾਨੂੰ ਲੋਕ ਮੈਸੇਜਸ ਕਰਦੇ ਆ ਕਿ ਯਾਰ ਗਾਣਾ ਬਹੁਤ ਸੋਹਣਾ, ਕਿਉਂਕਿ ਕਿਸੇ ਕੋਲ ਇੰਡਸਟਰੀ ਦੇ ਵਿੱਚ ਵੈਸੇ ਟਾਈਮ ਨਹੀਂ ਹੁੰਦਾ ਕਿ ਕਿਸੇ ਦਾ ਗਾਣਾ ਕੋਈ ਸੁਣੇ ਜਾਂ ਸ਼ੇਅਰ ਕਰੇ. ਵੈਸੇ ਤਾਂ ਮੈਨੂੰ ਸਾਰੇ ਸਪੋਰਟ ਕਰਦੇ ਆ, ਥੈਂਕਸ ਸਾਰਿਆਂ ਦਾ, ਬਟ ਜਿਹੜੀ ਆਡੀਅੰਸ ਹੁੰਦੀ ਹੈ ਉਹ ਕਿਤੇ ਨਾ ਕਿਤੇ ਸੁਣਦੀ ਹੈ, ਬਟ ਸਾਡੀ ਜਿਹੜੀ ਆਰਟਿਸਟ ਕਮਿਊਨਿਟੀ ਜਿਹਨੂੰ ਕਹਿ ਲਓ, ਈਵਨ ਮੈਂ ਵੀ ਹੋਵਾਂ, ਮੈਂ ਕਈ ਵਾਰ ਨਹੀਂ, ਜਾਂ ਕਿਤੇ ਗਾਣਾ ਦਿਖ ਜਾਵੇ ਜਾਂ ਗਾਣਾ ਬਹੁਤ ਵਧੀਆ ਤਾਂ ਅਸੀਂ ਸੁਣ ਕੇ ਇੱਕ ਦੂਸਰੇ ਨੂੰ ਜ਼ਰੂਰ ਐਪਰੀਸ਼ੀਏਟ ਕਰਦੇ ਹਾਂ. ਬਟ ਮੈਨੂੰ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਮੈਸੇਜਿਸ ਆਏ ਇੰਸਟਾਗ੍ਰਾਮ 'ਤੇ, ਇਹੋ ਜਿਹੇ ਲੋਕਾਂ ਦੇ ਜਿਨ੍ਹਾਂ ਦੇ ਨਾਲ ਸ਼ਾਇਦ ਮੈਂ ਕਦੀ ਮਿਲੀ ਵੀ ਨਹੀਂ, ਕਦੀ ਪਤਾ ਵੀ ਨਹੀਂ ਹੋਏਗਾ, ਬਟ ਬਹੁਤ ਅੱਛੇ ਅੱਛੇ ਆਰਟਿਸਟ ਜਿਨ੍ਹਾਂ ਦੇ ਮੈਸੇਜਿਸ ਆਏ ਕਿ ਗਾਣਾ ਬਹੁਤ ਸੋਹਣਾ. ਸੋ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਅਚੀਵਮੈਂਟ ਹੈ ਉਹ ਚੀਜ਼. ਐਗਜੈਕਟਲੀ. ਅਤੇ ਮਤਲਬ ਕੁੱਲ ਮਿਲਾ ਕੇ ਸਾਰਿਆਂ ਦਾ ਬਹੁਤ ਜ਼ਿਆਦਾ ਪੋਜ਼ਿਟਿਵ ਰਿਸਪੋਂਸ ਆ ਰਿਹਾ, ਅਤੇ ਇਸ ਤੋਂ ਜ਼ਿਆਦਾ ਹੋਰ ਚਾਹੀਦਾ ਕੀ ਹੁੰਦਾ ਇੱਕ ਆਰਟਿਸਟ ਜੀ. ਸੋ ਉਸ ਗਾਣੇ ਦੀ ਗੱਲ ਕਰਦੇ ਹਾਂ ਜਿਸ ਗਾਣੇ ਦਾ ਜਦੋਂ ਵੀ ਜ਼ਿਕਰ ਹੁੰਦਾ ਹੈ ਤਾਂ ਮੰਨਤ ਨੂਰ ਦਾ ਉਸੇ ਚਿਹਰਾ ਅੱਖਾਂ ਦੇ ਵਿੱਚ ਆ ਜਾਂਦਾ ਹੈ, ਤਸਵੀਰ ਸਾਹਮਣੇ ਆ ਜਾਂਦੀ ਹੈ. ਮੈਂ ਲੌਂਗ ਲਾਚੀ ਗੀਤ ਦੀ ਗੱਲ ਕਰ ਰਹੀ ਹਾਂ. ਇੱਕ ਐਸਾ ਰਿਕਾਰਡ ਉਸ ਗਾਣੇ ਨੇ ਬਣਾ ਤਾ ਕਿ ਜੋ ਬਹੁਤ ਮੁਸ਼ਕਿਲ ਆ ਅਤੇ ਬੜਾ ਔਖਾ ਹੈ ਕਿ ਸ਼ਾਇਦ ਇਨ ਫਿਊਚਰ ਕਦੀ ਮਿਲੇਗਾ ਕਿ ਉਹ ਰਿਕਾਰਡ ਕਦੇ ਟੁੱਟ ਸਕਦਾ ਹੈ. ਰਾਈਟ. ਲੌਂਗ ਲਾਚੀ ਗੀਤ ਕਿਵੇਂ ਮੰਨਤ ਤੋਂ ਸੌਂਗ ਪਲਾਨ ਹੋਇਆ ਸੀ, ਤੁਹਾਡੇ ਕੋਲ ਕਿਵੇਂ ਆਇਆ ਸੀ, ਤੋ ਸੌਂਗ ਨੂੰ ਕਰਨ ਤੋਂ ਪਹਿਲਾਂ ਕੀ ਕੁਛ ਤੁਹਾਡੇ ਮਾਇੰਡ 'ਚ ਚੱਲ ਰਿਹਾ ਸੀ? ਇਹ ਸੌਂਗ ਕਰਨ ਤੋਂ ਪਹਿਲਾਂ ਮੈਨੂੰ ਤਾਂ ਇਹ ਨਹੀਂ ਸੀ ਪਤਾ ਕਿ ਇਹ ਮੇਰੀ ਆਵਾਜ਼ ਦੇ ਵਿੱਚ ਗਾਣਾ ਫਿਲਮ ਦੇ ਵਿੱਚ ਆਏਗਾ. ਇਹ ਤਾਂ ਜਸਟ ਮੈਨੂੰ ਇਹ ਸੀਗਾ ਕਿ ਇਹ ਤਾਂ ਸਕਰੈਚ ਹੀ ਗਾਇਆ ਸੀ ਮੈਂ, ਉਹਨਾਂ ਨੇ ਫਾਈਨਲ ਕੀਤਾ ਸੀ ਅਤੇ ਐਜ਼ ਇਟ ਇਜ਼ ਸਕਰੈਚ ਜਿਹੜਾ ਸੀਗਾ ਉਹ ਉਹਨਾਂ ਨੇ ਰੱਖ ਦਿੱਤਾ ਸੀ ਫਿਲਮ ਦੇ ਵਿੱਚ. ਮੈਨੂੰ ਬਿਲਕੁਲ ਨਹੀਂ ਸੀ ਪਤਾ ਕਿ ਇਹ ਸਕਰੈਚ ਮੇਰੀ ਹੀ ਆਵਾਜ਼ ਦੇ ਵਿੱਚ ਫਾਈਨਲੀ ਫਿਲਮ ਦੇ ਵਿੱਚ ਆਏਗਾ. ਦੂਸਰੀ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਗੱਲ ਕਿ ਨੀਰੂ ਬਾਜਵਾ ਜੀ ਦੀ ਮੈਂ ਬਹੁਤ ਵੱਡੀ ਫੈਨ ਸੀਗੀ, ਅਤੇ ਜਦੋਂ ਮੇਰਾ ਸਿੰਗਿੰਗ ਕਰੀਅਰ ਸਟਾਰਟ ਹੋਇਆ ਤਾਂ ਇੱਕ ਹੁੰਦਾ ਨਾ ਕਿ ਡ੍ਰੀਮਸ ਹੁੰਦੇ ਆ ਤੁਹਾਡੇ ਆਪਦੇ ਕਿ ਮੈਂ ਕਾਸ਼ ਇੱਦਾਂ ਹੁੰਦਾ ਕਿ ਨੀਰੂ ਬਾਜਵਾ ਜੀ ਮੇਰੇ ਗਾਣੇ 'ਤੇ ਲਿਪਸਿੰਗ ਕਰਨ ਜਾਂ ਕੁਛ ਇੱਦਾਂ ਦਾ ਮੈਨੂੰ ਕਦੀ ਮੌਕਾ ਮਿਲੇ, ਉਹ ਕਾਸ਼ ਜਿਹੜਾ ਸੀਗਾ. ਬਟ ਜਦੋਂ ਮੈਨੂੰ ਗਾਣਾ ਮਿਲਿਆ ਮੈਂ ਸਕਰੈਚ ਗਾਇਆ ਐਂਡ ਬੜਾ ਖੂਬਸੂਰਤ ਬਣ ਗਿਆ ਮਿਊਜ਼ਿਕ ਐਂਡ ਸਾਰਾ. ਜਦੋਂ ਇਹ ਗੁਰਮੀਤ ਸਰ ਹੋਰਾਂ ਨੇ ਜਦੋਂ ਗਾਣਾ ਭੇਜਿਆ, ਟੀਮ ਨੂੰ ਭੇਜਿਆ, ਐਮੀ ਵਿਰਕ ਨੂੰ ਜਾਂ ਜਿੰਨੇ ਵੀ ਪ੍ਰੋਡਿਊਸਰ ਡਾਇਰੈਕਟਰ ਸੀ ਜਿਨ੍ਹਾਂ ਨੂੰ ਭੇਜਿਆ, ਤਾਂ ਉਹਨਾਂ ਨੇ ਕੁਛ ਹੋਰ ਸੋਚ ਕੇ ਬਣਾਇਆ ਹੋਇਆ ਸੀ ਕਿ ਪਹਿਲੇ ਸਕਰੈਚ ਸੁਣ ਲਵਾਂਗੇ, ਬਾਕੀ ਫਾਈਨਲ ਕੋਈ ਹੋਰ ਸਿੰਗਰ ਆਰਟਿਸਟ ਸੀ ਕਿ ਜਿਨ੍ਹਾਂ ਤੋਂ ਗਵਾਉਣਾ ਸੀਗਾ, ਮੇ ਬੀ ਜਿਨ੍ਹਾਂ ਦਾ ਬਹੁਤ ਅੱਛਾ ਨਾਮ ਹੋਏਗਾ, ਕਿਉਂਕਿ ਸਾਡੀ ਇੰਡਸਟਰੀ ਦੇ ਵਿੱਚ ਆਹ ਚੀਜ਼ ਬਹੁਤ ਦੇਖੀ ਜਾਂਦੀ ਹੈ ਕਿ ਜਿਹੜੇ ਆਲਰੇਡੀ ਜਿਨ੍ਹਾਂ ਦਾ ਨਾਮ ਹੈਗਾ, ਜਿਨ੍ਹਾਂ ਕੋਲ ਇੱਕ ਪਲੇਟਫਾਰਮ ਹੈਗਾ, ਜਿਨ੍ਹਾਂ ਤੋਂ ਸਾਨੂੰ ਬੈਨੀਫਿਟ ਹੋ ਸਕੇ, ਜਿਨ੍ਹਾਂ ਦੇ ਨਾਮ ਤੋਂ ਲੋਕ ਸਰਚ ਕਰਕੇ ਉਸ ਗਾਣੇ ਤੱਕ ਪਹੁੰਚਣ, ਕਿਉਂਕਿ ਨਵੇਂ ਆਰਟਿਸਟ ਨੂੰ ਚਾਹੇ ਉਹ ਸਿੰਗਰ ਹੋਵੇ, ਚਾਹੇ ਉਹ ਮਾਡਲ, ਚਾਹੇ ਉਹ ਐਕਟਰਸ ਹੋਵੇ, ਕੋਈ ਵੀ ਜਲਦੀ ਜਲਦੀ ਰਿਸਕ ਨਹੀਂ ਲੈਂਦਾ ਹੁੰਦਾ. ਬਿਲਕੁਲ. ਹੈ ਨਾ. ਸੋ
जो उन्होंने गाना सुनिया तो ये मेरे सामने की गल है कि एमी जी का फोन आया गुरमीत जी को कि ये सिंगर कौन है, तो उन्होंने कहा कि ये मन्नत नूर इन्हों का नाम तो उस तो पहला मेरा गाना आया ठाई किले गिप्पी जी के नाल कहते उन्होंने वो गाना गाया सी तो उन्होंने आवाज़ है कहते भाजी आवाज़ तो बड़ी अच्छी लग रही आप इन्हों क्यों ना रख लीए दैन इस तरीके मैं तो फुली ना समावा है ना मेरी तो बहुत अच्छी गल सी जी वो तो हो गया दैन उस तो बाद जो सारे की जो प्रोड्यूसर साहब की कॉल आई कि यार ये गाने का मतलब इस फिल्म का कॉन्सैप्ट योजा है लौंग लाची का कि जी कुड़ी हैगी हीरोइन वो एज अ सिंगर वो परफॉर्म कर रही ने उस फिल्म के उन्हों का करैक्टर सिंगर का तो जिन्हें भी गाने होंगे वो इको ही आर्टिस्ट के होने चाहिए तो जिस कुड़ी ने लौंग लाची गाया होया उन्हें तो सारे गाने गवा दो गाने से छे वे तीन डिवेट से दो सोलो से वह भी मेरे लिए बहुत वड्डी गल सी और बहुत टाइम बाद इदा होया क्योंकि पहला असं देखते होंगे सी इको फीमेल वोकल जी होंगी सी बॉलीवुड मोस्टली आप देखिया 90s दी मूवीज़ या उस तो पुरानिया एक फिल्म के इको वॉइस होंगी सी एक हीरोइन पर लोग जज नहीं कर पाते कि सिंगर ने गाया हीरोइन खुद गा रही है क्योंकि वो प्लेबैक बिल्कुल उन्होंने एक्चुअल कहेंदे आ बट काफ़ी टाइम बाद वो दौर चलिया तो उस तो बाद फिर बैक टू बैक जिन्हिया फिल्म आई पूरी 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 फिल्मों के मैं गाने का मौका मिलया बहुत सारे गाने गाए जी। एक चीज़ बड़ी रही कि ना जो सोंग आया ना तो लोगों इस चीज़ की बड़ी वो चीज़ सी कि मन्नत नूर कौन आ मन्नत नूर क्योंकि सिर्फ आवाज़ सुनी सी तो बट देखिया नहीं सी उस टाइम पर सो तुहानू कदों की चीज़ फील हुई कि हाँ हूँ लोग मैं जानन लग गए लोगों मेरी पहचान बन गई आ पता लग गया लोगों को कि यह गाना मैं ही गाया आ राइट लौंग लाची में क्या आस्ता आस्ता ही उठा सी बट जिस दिन रिलीज़ होया सी जे असी पहचान की गल करिए हले भी उस उन्होंने चीज़ों के नाल कितना कि मैं हूँ थोड़ा थोड़ा क्योंकि जो मैं थोड़ी डिजिटली स्ट्रोंग होनी स्टार्ट हुई मतलब थोड़ा सोशल मीडिया से थोड़ी एक्टिव हुई हाँ उदों तो लोग थोड़ा जानन लग गया क्योंकि फेस की पहचान ओबियसली नहीं आएगी क्योंकि मैं एज अ प्लेबैक सिंगर ही रही हूँ दो तीन साल मैं एज अ प्लेबैक ही किया फिल्मों के और भी काफ़ी सारे गाने हिट ने बट लोगों को यह नहीं पता होंगे कि ये भी मन्नत नूर की आवाज़ ही मन्नत ने गाया हुआ इनफैक्ट जो मेरे नाल मेरे फ्रेंड्स होंगे सी कित दो दो तीन तीन साल बाद किसी ना गल होंगी सी तो वो गाने सुनते होंगे सी बट उन्होंने कभी देखा नहीं क्रेडिट्स जाके नीचे अच्छा ओके ये मन्नत नूर की आवाज़ है जो उन्होंने पता चलो हाय यार ये गाना तेरा किन्ना प्यार तू गाया मैं क्या गाया तो मैं ही सिंगर्स भी इंपोर्टेंस दे दिया करो देखा करो किसने गाया है ना जरूरी भी होंगे सो कि चीज़ मैं वो भी लगती सी कि बट उस चीज़ में मैं बड़ा पॉजिटिव वे नाल लेंदी सी कि ठीक है बड़ी सोहनी हुण नज़र आती है पहला होंदा सी कि अच्छा कोई प्लेबैक सिंगर है तो वो सिर्फ पिछे ही आदि सिर्फ आवाज़ ही आ रही है पर हुण असीं देखते हैं कि बहुत सारे सिंगर सामने आते अपने वीडियोज़ भी काम कर रहे हैं होर अपॉर्चुनिटीज़ उन्होंने मिल रही ने इस चीज़ में किमें देख रहे हो क्योंकि एक बड़ी प्लस चीज़ जी से कह सकते हैं प्लस पॉइंट आ गया है सिंगर्स के लिए भी कि हाँ खुद हूँ परफॉर्म भी कर रहे हैं एक्ट भी कर रहे हैं अपने गीतों के राइट टाइम टू टाइम ना साड़ी इंडस्ट्री चाहे बॉलीवुड हो चाहे बॉलीवुड हो टाइम टू टाइम चेंजेस बहुत आते रहते हैं है ना तो वो जरूरी भी है जिमें बट ये ट्रेंड पहला भी सगा बॉलीवुड दे विच भी सीगा बहुत सारे जिहड़ियां फीमेल हैगे फीमेल हैगियां ने या मेल आर्टिस्ट ने ओ चाहे ओ हीरो उन्होंने भी मतलब गाना गाने की कोशिश की है ना चाहे सलमान खान जी क्यों ना उन्होंने भी गाना गाने की कोशिश की है तो अपनी इंडस्ट्री दे विच शुरू तो आप देखते दे आ रहे हैं गुरदास मान साहब जी हरभजन मान साहब मोस्टली आप मेल आर्टिस्ट को ही देखा कि जो आर्ट सिंगर आर्टिस्ट ने वो एज आ एक्टर फिल्मों के आए ने पंजाबी इंडस्ट्री के आप देखिए तो मोस्टली सिंगर आर्टिस्ट ही आया एज आ हीरो तो हूँ तो कुड़ियों ने भी आना स्टार्ट किया है सो मेरा ख्याल है कि हूँ ना दौर उदा आ गया कि तुम जे आप प्लेबैक की गल करिए खाली प्लेबैक ही तुम मतलब ये कह लो कि बेनीफिट नहीं मेरा ड्रीम सीगा कि मैनू प्लेबैक अच्छा लगता मैनू प्लेबैक का ड्रीम सीगा वो मेरा पूरा होया बट वो नाल नाल तुसी एज आ बिजनेस सोचो कि ये मेरा बिजनेस है ही मेरा काम है इतों मैनू हुण ए चीज़ां भी करनिया पैनिया ने मैनू लोगों के सामने भी आना पैना मैनू वो आइडेंटिटी भी बनानी पैनी मतलब वो जरूरी हो गया जे जे इस फील्ड के काम करना है कि सो
टाइम टू टाइम मतलब अपने आप चेंज करना पड़ता है। सो मैं चाहनी कि मन्नत दो लाइना इस गाने दियाँ जरूर हो जाना, फिर इस तो अगे से गल स्टार्ट। लौंग लाची बिल्कुल जी। ओके बीत लौंग वे मैं लाची तेरे पीछे आ गवाची तेरे इश्क ने मारी कुड़ी कच दी कवारी वे मैं चंबे दे पहाड़ा वाली शाम वे मुंडिया संदली संदली नैना विच तेरा नाम वे मुंडिया संदली संदली नैना विच तेरा नाम वे मुंडिया संदली संदली नैना विच तेरा नाम वे मुंडिया। वाजवा कहते ना कि एक गायक दे कोलो जो असं लाइव सुनते हैं ना तो वह स्वाद ही अलग होंगे, मज़ा ही अलग होंगे, तो वो सुन के पता लग रहा है, दिल तक आ रहा मेरा। बस मैं बैक टू बैक गाने सुने जावा, बट गल्लां बातें भी बहुत सारे ने साडे कोल करन दे लई। अच्छा मन जो भी मेरे तुहाडे नाल मुलाकात होंगी है, मैं हमेशा कोशिश होंगी कि अपनी ऑडियंस के नाल तुहाडी जिंदगी के बारे गल जरूर की जाए, क्योंकि तुसीं बड़ा बेबाक बड़ा बिंदास जिहड़ा हर चीज़ के उपर वो बोलते हो। सो एक चीज़ मैं इतने जरूर जानना चाहती हूँ, क्योंकि बार बार ना चीज़ आती सी कि अच्छा अगर तुसीं सिंगर हो तो तुहानू अपॉर्चुनिटीज़ तो ईजीली मिल जाएगा ने इंडस्ट्री रीसेंटली काम किया है फिल्म जो मैं लगता है कि जल्दी रिलीज हो जाएगी। सो तुहानू की लगता है कि चीज़ की रियलिटी है, अगर तुसी सिंगर हो तो ईजीली फिल्मों के काम मिलता है कि जां फिर एक हार्डवर्क जड़ा है पिछे वो बहुत रहिंदा है? इदा भी नहीं कह सकते कि ईजीली मिल जाता है, बट जिदा अजकल पंजाबी फिल्म बन दिया ने वो एज आ सिंगर आर्टिस्ट जो सोचिए तो उन्होंने माइंड के कित ना कि होंगे कि जो सिंगर आर्टिस्ट है ये फैन फॉलोइंग इदा, क्योंकि अजकल डिजिटल टाइम हैगा, डिजिटल टाइम में सोच के हर एक प्रोड्यूसर डायरैक्टर ये फैसला लेंदा होंगे कि यदि डिजिटल मार्केट अच्छी है। जिवें मैं तुहानू दस्सिया कि जो तुहानू सोशल मीडिया से पहचान नहीं है तो तुहानू कोई भी अपनी फिल्म के रोल या कुछ इदा की अपॉर्चुनिटी देने के लिए सौ बार सोचेगा कि यार इधर सानू की फायदा हो सकता है, फेस जाने पहचाने मतलब लोगों को पहचान नहीं हैगी। सो मैं लगता कि जिदा जिदा तुहाडी मार्केट जिदा जिदा तुहाडी ऑडियंस वधदी जांदी है तुहाडे कोल अपॉर्चुनिटीज आउंदियां ने। जिदा तुसीं इनफ्लुएंसर्स लै लो, बहुत सारे इनफ्लुएंसर्स अपनी उन्हां दी फेस वैल्यू इन्नी बन गई सानू उन्हां कोल जाके सानू रील शूट करवा के सानू प्रमोशन करनी पैंदी है। बिल्कुल। सो वो भी एक बहुत अच्छी गल आ, बट मैनू लगता कि ना कि फिल्मों की गल करिए तां इह सच आ कि बेनिफिट होंगे। बट जो मैं अपनी गल करा तो मेरी खैर मेरा तो उन्ना ज्यादा ठीक है, मेरी एक लिमिटेड जी ऑडियंस हैगी है तो वो इदा दी हैगी कि वो पक्की हैगी है। मन्नत अगर असं थोड़े परिवार की गल करते एक यहोजे जगह तो बिलोंग करते हो कि जिथे बहुत सारी फैसिलिटीज़ नहीं सी जो तुसी उस जगह तो उठे, घर में टैलीविज़न भी नहीं सी, बट थोड़ा ख्वाब से सुपना से कि जिंदगी दे विच टीवी ते काम जरूर करना आ। तुसी मुंबई तक का सफ़र तय किया, चंडीगढ़ की गल करिए इतने आके भी तुसी बहुत काम किया, सो किवें दी ए जर्नी रही जे तुसी ओवरऑल देखिए हुण जां जदों तुसी इकल्ले बैठते हो सोचते हो कि हाँ एक उस जगह तो उठ के अज इस मकाम पर खड़े होना? राइट, एक्चुअल च ना एक मैं हमेशा कहनी होंगी एक तो तुम खुली अखा के नाल सपने देखते हो ना, खुली अखा लेटे होंगे सोचते होंगे कि काश इदा हो जाता, काश इदा हों, चीज़ा एक्चुअल च मैं सोचती होंगी सी बचपन तो ही, हालांकि मैं पता ही नहीं होंगे सी कि इदा पॉसीबल, क्योंकि जितों मैं एक्चुअल च बेसिकली जितों मैं बिलोंग करती हाँ जम्मू, मैं कहूँ जम्मू कहने पर जम्मू तो काफ़ी अगे जाके एक दिन लगता जिथे मेरे घर है प्रॉपर पहाड़ों के घर है, उत्थे आई थिंक पिछले 10 साल लाइट आई होएगी एंड रोड्स बने आ। उदों असी जदों आज तो 10-15-20 साल पहले की गल है जो असी कि चंडीगढ़ आना हों, क्योंकि इतने मेरे सिस्टर व्याह हो तो असी कभी कभी साल के जो मेरे स्कूल छुट्टियां पैनिया से तो आईदा से उदों तो उदों बस दे कोल पहुँचने के लिए सानू 7-8 घंटे लगते थे पैदल जाने, बट जो हूँ मैं जाऊँगी तो मैंने पता नहीं 2 दिन लग जाएंगे हूँ इन्ना नहीं चल रहा क्योंकि वो टाइम से कि तुम यूज टू होंगे हो हर एक चीज़ के लिए। सो उदो 7-8 घंटे सानू ट्रैवल करके पैदल चल के जाना पैंदा सी, दैन सानू बस मिलती सी फिर जम्मू जम्मू तो चंडीगढ़ इदा। सो वो लाइफ जिथे
मैं सिर्फ रेडियो सुनती सी क्योंकि होर उत्थे कोई स्कोप नहीं सीगा, मतलब टीवी नहीं, ऑब्वियसली बिजली नहीं होंदी सी, लाइट नहीं होंदी सी, तां असीं टीवी वगैरह नहीं होंदी, स्क्रीन नहीं देख पाते सी। तां जदों कि साल बाद मैं इत्थे आंदी सी चंडीगढ़ सिस्टर दे कोल, तां उदों टीवी देखदे होंदे सी। जदों मैं देखदी होंदी सी तां मैनूं ये लगदा सी कि जो जिद्दां हुण कोई भी आर्टिस्ट परफॉर्म कर रहा स्क्रीन ते, तां मैनूं लगदा सी कि उही गा रहा। मैनूं ये नहीं सी पता होंदा कि इहदे विच प्लेबैक है, कोई किसी होर ने गाया। तो मतलब वो सब चीज़ा सोच के फिर वो डेस्टनी बहुत वड्डी चीज़ होंदी है। उस तो बाद फिर आस्ता आस्ता मैं, मेरे अक्षी मम्मा की डैथ हो गई सी अज तो 15 साल पहले। सो उस तो बाद मैं थोड़ा जहाँ इदा लगता है कि मैं थोड़ा जहाँ उत्थे जाना मुश्किल होंदा सी क्योंकि मम्मा के नाल अटैचमेंट बहुत ज़्यादा सी, मैं लास्ट सी उन्हां दी। तो फिर मैं इत्थे आ गई सी सिस्टर दे कोल। उस तो बाद फिर मैं जॉब की है, तो जॉब करते मतलब दो साल मैं जॉब की होगी। उस तो बाद आस्ता आस्ता मैं ऑपरचुनिटीज़ मिलनिया स्टार्ट हुई, जिदा लोगों के नाल इंट्रैक्शन स्टार्ट हुई, थोड़ा नॉलेज होना स्टार्ट होया है ना, अलग अलग लोगों के नाल तुसीं मिलदे हो, थोड़ा थोड़ा नॉलेज होंदा है कि यह चीज़ होंदी है। सो इस तरीके नाल कदों कदों ये भी कह सकते हैं कि स्ट्रगल किया, बट मैं स्ट्रगल मनती नहीं, उसनों अपनी मेहनत मनती हूँ, उसनों अपना एक्सपीरियंस मन। बिल्कुल, क्योंकि हर जर्नी जोड़ा है वो खूबसूरत बनाना पैंता, तो थोड़ा हार्डवर्क है। अच्छा, तुम्हें रेडियो वाली कुड़ी कहा जाता है? रेडियो वाली वो क्यों कहते हैं लोग कि हाँ वो रेडियो वाली कुड़ी है? क्योंकि मोस्ट ऑफ द टाइम ना मेरे हाथ से रेडियो होंगे स्कूल। एक तो मैं स्कूल के लिए इन्नी ज़्यादा एक्साइटिड होंगी सी कि कोई बच्चा पहला नहीं आया, जो 8 बजे स्कूल लगता सी मैं 7:30 स्कूल पहुँच जाती होंगी सी। मैं इन्नी ज़्यादा वो सी कहते थोड़ा तो ऐतवार भी चा चढ़िया होंगे कि जो ऐतवार भी स्कूल लगता चले जाओ एक्चुअली। तो उदा मैं पढ़ने भी ठीक से, मैं बड़ा शौक हों। मैं इंडस्ट्री आने तो पहला तो इंडस्ट्री आने बाद अपने आप में कौन सा चेंज सब तो वड्डा महसूस होंगे? चेंज तो ओबियसली बहुत ज़्यादा होंदा है क्योंकि वो पहले वाली लाइफ तो होने वाली लाइफ के, क्योंकि किन्ने सारे लोगों को दिहाड़ी के मिलते हो, तुहाडे वर्गे अच्छे अच्छे लोगों नाल इंटरव्यू कर करके किन्ना एक्सपीरियंस होंदा है ना। तो बहुत सारी कंट्रीज़ के गए है ना, बहुत सारी दुनिया देखने मिली है, नवा नवा कल्चर देखने मिले। जिदा हूँ कभी किसी ने सोचा नहीं कि मैं इंग्लैंड जाऊँगी, मैं कैनेडा जाऊँगी, मैं US जाऊँगी, सारे कंट्रीज़ घूम के अलग अलग लोगों को देख के वो सारिया चीज़ा ना एक्सपीरियंस होंगे। नवी नवी चीज़ा हर दिन एक नवी चीज़ सीखने मिलती है, आर्टिस्टा नाल मिलना, उन्होंने तो चीज़ा सीखनिया, बहुत सारी चीज़ा, बहुत जमीन आसमान का फर्क होंगे पहले तो होने। बट कहते कि नेचर वो नहीं कभी चेंज हो सकता, वो उदा ही रहा। सो तुम जो भी मेरे थोड़े गल हूँ, मैं पहले भी चीज़ की साड़ी ना बड़ी बार इस चीज़ से भी गल हुई है कि तुम हर सोंग लिए हाँ नहीं करते हो, थोड़ा बहुत होंगे है कि बहुत चूजी हो तुम गीतों लैके लिरिक्स में लैके। सो मैं उस चीज़ के होंगे कि इंडस्ट्री के फ्रेंड सर्कल के नाराज़ हो जाता अगला बंदा, जो चीज़ सोचने लग जाता हाई ने मैनू मना क्यों किया, मेरा गाना क्यों नहीं गा रही, जबकि उस चीज़ आती है कि अपने टेस्ट के अकॉर्डिंग कई बार चीज़ नहीं होंगी। जो सालों होंगे शायद मेरी आवाज़ उन्नी अच्छी नहीं बैठ पाएगी उस गीत के लिए, जो मैं नहीं चाहती मैं इदा का गीत गाना आ। सो कभी गिले शिकवे महसूस हुए तो सामने किसी के जो चीज़ों फेस किया है? बहुत बारी इदा होंगे है। कई बार तो इस चीज़ में यह भी नाम दिता गया कि वह कुड़ी के एटीट्यूड आ गया है ना, वो हर एक का गाना नहीं गाँवी या मना कर दें, बट मैं एक्चुअली उस तरीके मना नहीं करती क्योंकि कई बार इदा होंदा है। जी मैं तुम्हें पहला भी दसी गल कि लिरिक्स मेरे लिए बहुत इंपॉर्टेंस रखते हैं। लोगों ने मैनू मेरी साफ सुथरी गायकी करके प्यार दिता है, रिस्पैक्ट दी है। मैं हाले हूँ जिते भी जाती हूँ, किसी भी कंट्री जाती हूँ, बाहर जाती हूँ, कितने भी जाती हूँ, तो लोग मैनू ना मैनू बजुर्ग इस चीज़ का आशीर्वाद देंगे कि बच्ची हमेशा तेरी गायकी ना बहुत मतलब कि साफ सुथरी होंगी, इदा ही गाई। मैं उन्होंने लोगों को किदा भूल सकती हाँ जिन्हों का मैं आशीर्वाद मिल चुका है इस तरीके इस चीज़ के। दूसरी चीज़ मैं सोचती हाँ कि जिते योजा गाना जो मैं आपकी फैमिली के अपने भरावान के सामने अपने पापा के सामने मैं मेरा गाना ना सुन पा, मैं इदा का गाना नहीं गा सकती कभी भी। होंगे कुछ नहीं है, ठीक है सारे गा रहे हैं, हर एक इंसान की आपकी चॉइस होंगी है, बट मैं लगता कि जे मैं साफ सुथरे गाने मैं गाया, उन्होंने लोगों ने प्यार दिता, तो मैं उस चीज़ में उदा ही रखा क्योंकि म्यूजिक चेंज होंगे, वेरिएशन आदि ने, कंपोजिशन चेंज कर सकते हैं, ट्रेंड चेंज होंगे, बट जरूरी नहीं है कि आप लिरिक्स में आप साफ सुथरे तरीके भी कह सकते हैं जी। सो कोई र्यूमर सुने अपने बारे इदा का जो सुन के तहत भी लगा हो कि यह चीज़ कदों होगी, ज मेरे को ये चीज़ आई भी नहीं, जा मैं तो चीज़ की भी नहीं? अच्छा, र्यूमर ना इदा के बहुत फैलते होंगे। मैं जो तो इस इंडस्ट्री के काम कर रही हूँ ना,
ਉਦੋਂ ਤੋਂ ਕੋਈ ਵੀ ਇਨਸਾਨ ਮੈਨੂੰ ਚਾਹੇ ਉਹ ਆਪਣੀ ਇੰਡਸਟਰੀ ਦਾ ਕੋਈ ਇਨਸਾਨ ਮਿਲੇਗਾ ਚਾਹੇ ਕੋਈ ਮੋਸਟਲੀ ਇੰਡਸਟਰੀ ਦੇ ਹੀ ਮਿਲਦੇ ਹੁੰਦੇ ਆ ਨਾ ਇੱਦਾਂ ਦੇ ਕੁਸ਼ਚਨ ਪੁੱਛਦੇ ਆ ਅੱਛਾ ਹੁਣ ਤੁਸੀਂ ਕਿਹਦੇ ਨਾਲ ਬਾਉਂਡ ਹੋ ਹੁਣ ਤੁਸੀਂ ਕਿਹਦੇ ਨਾਲ ਬਾਉਂਡ ਹੈਗੇ ਹੋ ਤਾਂ ਮੈਨੂੰ ਇਹ ਹੁੰਦਾ ਕਿ ਯਾਰ ਮੈਂ ਪਹਿਲਾਂ ਕਿਹਦੇ ਨਾਲ ਬਾਉਂਡ ਸੀ ਮੈਂ ਕਦੀ ਕਿਸੇ ਕੰਪਨੀ ਨਾਲ ਸਾਈਨ ਨਹੀਂ ਹੋਈ ਬੜੀ ਨੋਰਮਲ ਗੱਲ ਹੈ ਬਹੁਤ ਸਾਰੇ ਆਰਟਿਸਟ ਹੁੰਦੇ ਆ ਵੱਡੇ ਵੱਡੇ ਆਰਟਿਸਟ ਉਹ ਕੰਪਨੀਆਂ ਹੀ ਬਣਾਉਂਦੀਆਂ ਨੇ ਹੈ ਨਾ ਬਟ ਜਿਹੜੀ ਚੀਜ਼ ਨਹੀਂ ਹੈ ਤਾਂ ਨਹੀਂ ਹੈ ਮੈਂ ਕਦੀ ਕਿਸੇ ਕੰਪਨੀ ਨਾਲ ਸਾਈਨ ਨਹੀਂ ਹੋਈ ਐਂਡ ਹੁਣ ਵੀ ਮੈਂ ਆਪਣੀ ਇੰਡੀਪੈਂਡੈਂਟ ਕੰਪਨੀ ਬਣਾਈ ਹੋਈ ਆਪਦੀ ਕੰਪਨੀ ਐਮ ਐਨ ਮੈਲੇਡੀ ਕੰਪਨੀ ਜਿਸ ਤੋਂ ਮੇਰੇ ਸਾਰੇ ਗਾਣੇ ਲਾਸਟ ਈਅਰ ਤੋਂ ਮੈਂ 5-6 ਗਾਣੇ ਰਿਲੀਜ਼ ਕੀਤੇ ਟੀਮ ਹੁੰਦੀ ਹੈ ਟੀਮ ਵਰਕ ਹੁੰਦਾ ਮੇਰੇ ਪਿੱਛੇ ਮੇਰੇ ਕੰਮ ਦੇ ਵਿੱਚ ਮੇਰੀ ਟੀਮ ਦਾ ਬਹੁਤ ਵੱਡਾ ਹੱਥ ਹੁੰਦਾ ਕਿਉਂਕਿ ਇਕੱਲਾ ਆਰਟਿਸਟ ਕੁਛ ਵੀ ਨਹੀਂ ਕਰ ਸਕਦਾ ਹੁੰਦਾ ਉਹ ਟੀਮ ਹੁੰਦੀ ਹੈ ਬਟ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਮੈਂ ਕਿਸੇ ਨਾਲ ਬਾਉਂਡ ਹੋ ਗਈ ਔਰ ਇਸ ਚੀਜ਼ ਦਾ ਮੈਨੂੰ ਬਹੁਤ ਨੁਕਸਾਨ ਵੀ ਹੋਇਆ ਕਿਤੇ ਨਾ ਕਿਤੇ ਕਿਉਂਕਿ ਲੋਕਾਂ ਦੇ ਵਿੱਚ ਰਿਊਮਰ ਫੈਲ ਜਾਂਦਾ ਕਿ ਅੱਛਾ ਉਹ ਆਪੇ ਗੱਲਾਂ ਕਰ ਲੈਂਦੇ ਆ ਆਪੇ ਸਵਾਲ ਆਪੇ ਜਵਾਬ ਅੱਛਾ ਮੰਨਤ ਨੂੰ ਕਿਸੇ ਨਾਲ ਬਾਉਂਡ ਹੈ ਨਾ ਉਹ ਬਾਹਰ ਨਹੀਂ ਗਾਏਗੀ ਤੁਸੀਂ ਮੇਰੇ ਤੋਂ ਪੁੱਛਿਆ ਕਦੀ ਕਿ ਤੁਸੀਂ ਦੇਖੋ ਬਿਲਕੁਲ ਬਾਉਂਡ ਨਹੀਂ ਆ ਸੋ ਕਿਸੇ ਨੇ ਕੋਈ ਗਾਣਾ ਕਰਨਾ ਹੈ ਕਿਸੇ ਸ਼ੋਅ ਲਈ ਲਾਈਵ ਬਾਹਰ ਲੈ ਕੇ ਜਾਣਾ ਤੁਸੀਂ ਕੰਟੈਕਟ ਕਰ ਸਕਦੇ ਹੋ ਕਰ ਸਕਦੇ ਹਾਂਜੀ ਬਿਲਕੁਲ ਮੇਰੀ ਟੀਮ ਹੈਂਡਲ ਕਰਦੀ ਹੈ ਉਹ ਤੁਹਾਨੂੰ ਗਾਈਡ ਕਰ ਸਕਦੇ ਆ ਬਟ ਇਹ ਚੀਜ਼ਾਂ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਕਈ ਵਾਰੀ ਨਾ ਮੈਂ ਗੁੱਸਾ ਆਉਂਦਾ ਇਨਸਾਨ ਮੈਂ ਬਹੁਤ ਕੂਲ ਨੇਚਰ ਦੀ ਹਾਂ ਬਟ ਇਹਨਾਂ ਚੀਜ਼ਾਂ ਤੋਂ ਨਾ ਮੈਂ ਥੋੜ੍ਹੀ ਜਿਹੀ ਕਈ ਵਾਰ ਫਰਸਟ੍ਰੇਟ ਵੀ ਹੋ ਜਾਂਦੀ ਹਾਂ ਕਿ ਇੱਦਾਂ ਦੇ ਰਿਊਮਰ ਕਿਉਂ ਫੈਲਾਏ ਜਾਂਦੇ ਆ ਕਿਸੇ ਵੀ ਇਨਸਾਨ ਦੇ ਨਾਲ ਮੈਂ ਕੋਈ ਮੈਨੇਜਮੈਂਟ ਟੀਮ ਰੱਖ ਲੂੰਗੀ ਜਾਂ ਕਿਸੇ ਬਾਹਰ ਕਿਸੇ ਕੰਪਨੀ ਨੂੰ ਕੋਈ ਗਾਣਾ ਦੇ ਦੂੰਗੀ ਤਾਂ ਉਹ ਅੱਛਾ ਉਹਦੇ ਨਾਲ ਮੰਨਤ ਬਾਉਂਡ ਹੈ ਮੰਨਤ ਟੀ ਸੀਰੀਜ਼ ਦੇ ਨਾਲ ਬਾਉਂਡ ਹੈ ਮੰਨਤ ਉਸ ਕੰਪਨੀ ਮੰਨਤ ਕਿਸੇ ਮਿਊਜ਼ਿਕ ਡਾਇਰੈਕਟਰ ਦੇ 4 ਗਾਣੇ ਕਰ ਲਏ ਉਹਨਾਂ ਦੇ ਨਾਲ ਬਾਉਂਡ ਹੋ ਮਤਲਬ ਇਹ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਡਿਸਟਰਬ ਕਰਦੀਆਂ ਮੈਨੂੰ ਬੜਾ ਮਤਲਬ ਬੁਰਾ ਲੱਗਦਾ ਹੈ ਕੋਈ ਇੱਕ ਚੇਂਜ ਮੰਨਤ ਜੋ ਤੁਹਾਨੂੰ ਲੱਗਦਾ ਕਿ ਹਾਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਕੁੜੀਆਂ ਨੂੰ ਲੈ ਕੇ ਇਹ ਚੇਂਜ ਜ਼ਰੂਰ ਆਉਣਾ ਚਾਹੀਦਾ ਆ ਕੁੜੀਆਂ ਦੇ ਵਿੱਚ ਚੇਂਜਿਸ ਨਾ ਵੈਸੇ ਹੀ ਬਹੁਤ ਸਾਰੇ ਆਏ ਆ ਕੁੜੀਆਂ ਬਹੁਤ ਬੋਲਡ ਹੋ ਰਹੀਆਂ ਨੇ ਬੋਲਡ ਮਤਲਬ ਉਹਨਾਂ ਦੀ ਥਿੰਕਿੰਗ ਜਿਹੜੀ ਹੈਗੀ ਹੈ ਉਹ ਜਿੱਦਾਂ ਪਹਿਲੇ ਦੇ ਕੰਪੈਰੇਟਿਵਲੀ ਪਹਿਲਾਂ ਦਾ ਟਾਈਮ ਜਿਹੜਾ ਸੀਗਾ ਆਪਣੇ ਉਹਨਾਂ ਕੁੜੀਆਂ ਦੇ ਪੇਰੈਂਟਸ ਕੁੜੀਆਂ ਨੂੰ ਬਹੁਤ ਘੱਟ ਅਲਾਓ ਕਰਦੇ ਸੀ ਕਿ ਤੁਸੀਂ ਇਸ ਇੰਡਸਟਰੀ ਦੇ ਵਿੱਚ ਕੰਮ ਕਰਨਾ ਹੈ ਜਾਂ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਸੋਚਦੇ ਹੁੰਦੇ ਸੀ ਕਿਉਂਕਿ ਓਬਵੀਅਸਲੀ ਜਦੋਂ ਇੱਦਾਂ ਦੀਆਂ ਕੁਛ ਮਿਸਹੈਪਨਿੰਗਸ ਹੁੰਦੀਆਂ ਸੀ ਬਟ ਹੁਣ ਇਹ ਹੈ ਕਿ ਲੋਕ ਥੋੜ੍ਹਾ ਵਿਸ਼ਵਾਸ ਕਰਨ ਲੱਗ ਪਏ ਆ ਕੁੜੀਆਂ ਨੂੰ ਵੱਧ ਚੜ੍ਹ ਕੇ ਆਪਣੀ ਇੰਡਸਟਰੀ ਦੇ ਵਿੱਚ ਹਿੱਸਾ ਲੈ ਰਹੀਆਂ ਚਾਹੇ ਉਹ ਸਿੰਗਿੰਗ ਲਾਈਨ ਦੇ ਵਿੱਚ ਹੋਣ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਮੈਂ ਦੇਖਦੀ ਹਾਂ ਕੋਈ ਕਿਸੇ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਕਰਦੇ ਕਿੰਨੇ ਸਾਰੇ ਨਵੀਆਂ ਕੁੜੀਆਂ ਉੱਭਰ ਕੇ ਆ ਰਹੀਆਂ ਬਹੁਤ ਟੈਲੈਂਟਿਡ ਸੋ ਬਹੁਤ ਫਰਕ ਪੈ ਗਿਆ ਔਰ ਕੁੜੀਆਂ ਦੀ ਸੋਚ ਬਦਲਦੀ ਜਾ ਰਹੀ ਹੈ ਉਹ ਇੰਡੀਪੈਂਡੈਂਟ ਹੁੰਦੀਆਂ ਜਾ ਰਹੀਆਂ ਨੇ ਜਿੱਦਾਂ ਮੈਂ ਇੰਡੀਪੈਂਡੈਂਟ ਫੀਲ ਕਰਦੀ ਹਾਂ ਸ਼ੁਰੂ ਤੋਂ ਮੇਰਾ ਡ੍ਰੀਮ ਸੀਗਾ ਮੈਨੂੰ ਨਹੀਂ ਸੀ ਪਤਾ ਕਿ ਮੈਂ ਜੋਬ ਕਰਨੀ ਹੈ ਮੈਨੂੰ ਇਹ ਹੁੰਦਾ ਸੀ ਮੇਰਾ ਕਿ ਮੈਂ ਪੜ੍ਹ ਲਿਖ ਕੇ ਵਧੀਆ ਪੜ੍ਹਾਈ ਕਰਕੇ ਮੈਂ ਆਰਮੀ ਆਫਿਸਰ ਬਣਨਾ ਹੈ ਨਾ ਕਿਉਂਕਿ ਸਿੰਗਿੰਗ ਦਾ ਤਾਂ ਮੈਨੂੰ ਇੱਕ ਮੈਂ ਉਹ ਕਹਿੰਦੇ ਖੁੱਲ੍ਹੀਆਂ ਅੱਖਾਂ ਦੇ ਨਾਲ ਸੁਪਨੇ ਦੇਖਦੀ ਸੀ ਬਟ ਮੈਨੂੰ ਨਹੀਂ ਸੀ ਪਤਾ ਕਿ ਪੂਰਾ ਹੋ ਸਕਦਾ ਕਿਉਂਕਿ ਦੂਰ ਦੂਰ ਤੱਕ ਪੋਸੀਬਲ ਨਹੀਂ ਸੀਗਾ ਜਿਹਨੂੰ ਇਹ ਨਹੀਂ ਪਤਾ ਸੀ ਕਿ ਵੈਸੇ ਮੈਨੂੰ ਸਿੱਖਣ ਦਾ ਮੌਕਾ ਵੀ ਨਹੀਂ ਮਿਲਿਆ ਮੈਂ ਸੁਣ ਸੁਣ ਕੇ ਸਿੱਖਿਆ ਅਤੇ ਐਕਸਪੀਰੀਅੰਸ ਦੇ ਨਾਲ ਸਟੂਡੀਓ ਜਾਂ ਸਟੇਜ ਸ਼ੋਅਜ਼ ਮੈਂ ਕਾਫੀ ਕੀਤੇ ਸ਼ੁਰੂ ਤੋਂ ਸਟੇਜ ਸ਼ੋਅਜ਼ ਜਦੋਂ ਤੋਂ ਮੈਨੂੰ ਕੰਮ ਮਿਲਣਾ ਸਟਾਰਟ ਹੋਇਆ ਸੋ ਐਕਸਪੀਰੀਅੰਸ ਮੈਨੂੰ ਸਿੱਖਣ ਦਾ ਮੌਕਾ ਨਹੀਂ ਮਿਲਿਆ ਮਤਲਬ ਕੋਈ ਡ੍ਰੀਮ ਪ੍ਰੋਜੈਕਟ ਤੁਹਾਡਾ ਜੋ ਅਜੇ ਵੀ ਤੁਹਾਨੂੰ ਕਿ ਹਾਂ ਇਹ ਚੀਜ਼ ਜ਼ਰੂਰ ਜਲਦੀ ਪੋਸੀਬਲ ਹੋਵੇ ਜਾਂ ਇਸ ਚੀਜ਼ 'ਤੇ ਵਰਕ ਕਰਨਾ ਹੈ ਅੱਗੇ ਫਿਊਚਰ ਦੇ ਵਿੱਚ ਡ੍ਰੀਮ ਤਾਂ ਦੇਖੋ ਜਦੋਂ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਅਤੇ ਜਦੋਂ ਲੋਕਾਂ ਦੀਆਂ ਐਕਸਪੈਕਟੇਸ਼ਨਸ ਵੀ ਤੁਹਾਡੇ ਤੋਂ ਹੁੰਦੀਆਂ ਨੇ ਜ਼ਿਆਦਾ ਤੋਂ ਜ਼ਿਆਦਾ ਹੈ ਨਾ ਐਕਸਪੈਕਟ ਕਰਦੇ ਆ ਲੋਕ ਕਿ ਹੁਣ ਮੰਨਤ ਆ ਗਾਏਗੀ ਹੁਣ ਮੰਨਤ ਇਹਦੇ ਵਿੱਚ ਮੰਨਤ ਹੁਣ ਬਾਲੀਵੁੱਡ ਵੀ ਗਾਣਾ ਗਾਏਗੀ ਹੈ ਨਾ ਡ੍ਰੀਮਸ ਤਾਂ ਬਹੁਤ ਸਾਰੇ ਹੈਗੇ ਹੁਣ ਡੇ ਬਾਈ ਡੇ ਡ੍ਰੀਮਸ ਵਧੀ ਜਾਂਦੇ ਆ ਉਹਨਾਂ ਦੇ ਲਈ ਐਫਰਟਸ ਚੱਲ ਰਹੀਆਂ ਨੇ ਉਹਨਾਂ ਦੇ ਲਈ ਮਿਹਨਤ ਕੜੀ ਮਿਹਨਤ ਚੱਲ ਰਹੀ ਹੈ ਸੋ ਲੈਟਸ ਸੀ ਅੱਛਾ ਫਿਟਨੈਸ 'ਤੇ ਕਿੰਨਾ ਕੁ ਵਰਕ ਰਹਿੰਦਾ ਹੈ ਕਿਉਂਕਿ ਇਹ ਚੀਜ਼ ਬਹੁਤ ਹੁੰਦੀ ਹੈ ਅੱਛਾ ਖਾਣਾ ਘੱਟ ਹੈ ਇਸ ਚੀਜ਼ 'ਤੇ ਕੰਟਰੋਲ ਕਰਨਾ ਉਸ ਚੀਜ਼ 'ਤੇ ਕੰਟਰੋਲ ਕਰਨਾ ਹਾਲਾਂਕਿ ਅਸੀਂ ਇੰਟਰਵਿਊ ਤੋਂ ਪਹਿਲਾਂ ਵੀ ਚੀਜ਼ਾਂ ਡਿਸਕਸ ਕਰ ਰਹੇ ਸੀ ਸੋ ਕਿੰਨਾ ਕੁ ਮੰਨਤ ਉਸ ਚੀਜ਼ ਦਾ ਪ੍ਰੈਸ਼ਰ ਰਹਿੰਦਾ ਕਿ ਹਾਂ ਥੋੜ੍ਹਾ ਜਿਹਾ ਵੇਟ ਗੇਨ ਹੋ ਗਿਆ ਤਾਂ ਟੀਮ ਵੱਲੋਂ ਆ ਜਾ ਕਿ ਨਹੀਂ ਮੰਨਤ ਕੰਟਰੋਲ ਕਰ ਲਓ ਜਲਦੀ ਜਲਦੀ ਅਗਲਾ ਇਹ ਪ੍ਰੋਜੈਕਟ ਆ ਮੈਂ ਨਾ ਲਾਸਟ ਈਅਰ ਆਪਣਾ ਵੇਟ ਕਾਫੀ ਲੂਜ਼ ਕੀਤਾ ਸਾਡੇ ਡਾਕਟਰ ਸਾਹਿਬ ਨੇ BSF ਦੇ ਵਿੱਚ ਸੋ ਉਹਨਾਂ ਨੇ ਮਤਲਬ ਗਾਈਡ ਕੀਤਾ ਮੈਨੂੰ ਕਿ ਤੁਸੀਂ ਇੱਕ ਸਾਡੀ ਇੰਡਸਟਰੀ ਦੀ ਬਹੁਤ ਵੱਡੀ ਪਰਸਨੈਲਿਟੀ ਹੈਗੀ ਹੋ ਤੁਸੀਂ ਆਪਣੇ ਆਪ ਦਾ ਕੀ ਕੀਤਾ ਪਿਆ ਫਿਗਰ ਖਰਾਬ ਕੀਤੀ ਪਈ ਤੁਸੀਂ ਆਪਣੇ ਆਪ ਨੂੰ ਮਤਲਬ ਸੁਧਾਰੋ ਮਤਲਬ ਆਪਣੇ ਆਪ ਨੂੰ ਕੰਟਰੋਲ ਕਰੋ ਡਾਇਟ ਕਰੋ ਐਂਡ ਵਰਕਆਊਟ ਵਗੈਰਾ ਸਟਾਰਟ ਕਰੋ ਸੋ ਉਸ ਤੋਂ ਬਾਅਦ ਫਿਰ ਮੈਂ ਆਪਣੇ ਆਪ 'ਤੇ ਫੋਕਸ ਕੀਤਾ ਮੈਂ ਵੇਟ ਕਾਫੀ ਲੂਜ਼ ਕੀਤਾ ਫਿਰ ਉਸ ਤੋਂ ਬਾਅਦ ਮੈਂ ਫਿਲਮ ਕੀਤੀ ਸੀ ਗਾਣੇ ਵੀ ਕੀਤੇ ਸੀ ਆਈ ਥਿੰਕ ਗਾਣੇ ਦੇ ਵਿੱਚ ਕਾਫੀ ਮਤਲਬ ਉਹ ਟ੍ਰਾਂਸਫੋਰਮੇਸ਼ਨ ਕਾਫੀ ਹੋਈ ਸੀ ਦਿਖਦੀ ਵੀ ਸੀ ਲੋਕਾਂ ਨੂੰ ਥੋੜ੍ਹੇ ਦਿਨ ਹੋ ਗਿਆ ਥੋੜ੍ਹਾ ਜਿਹਾ ਖਾਣਾ ਪੀਣਾ ਜ਼ਿਆਦਾ ਹੋ ਰਿਹਾ ਐਂਡ ਟਰੈਵਲਿੰਗ ਜ਼ਿਆਦਾ ਹੋ ਰਹੀ ਹੈ ਸੋ ਥੋੜ੍ਹਾ ਜਿਹਾ ਬਲੋਟਿੰਗ ਵੀ ਹੋਈ ਪਈ ਹੈ ਅੱਜ ਮੇਰਾ ਫੇਸ ਮੈਂ ਕਹਿ ਰਹੀ ਸੀ ਸਾਡੇ ਕੈਮਰਾਮੈਨ ਜੀ ਨੂੰ ਕਿ ਮੇਰਾ ਫੇਸ ਬਹੁਤ ਵੱਡਾ ਲੱਗ ਰਿਹਾ ਬਟ ਐਕਚੁਲੀ ਫਿਟਨੈਸ ਬਹੁਤ ਜ਼ਰੂਰੀ ਹੈ
सिर्फ एक सेलिब्रिटीज़ दे लिए ही नहीं अज के टाइम क्योंकि हर एक साल नवी एक बीमारी चल जाती है कभी कोविड आ गया कभी कुछ नवा वायरस आया कभी कुछ है ना इन चीज़ों करके सानू फिट रहना बहुत जरूरी है हरेक इंसान क्योंकि हम इतने बहुत सारे लोग देखो कितने सारे बैठे हुए इन इस करके जरूरी क्योंकि सिटिंग जॉब है ना सो फिटनेस तो बहुत जरूरी है कि तुम मेंटली तुम फिजिकली फिट रहने के लिए इन चीज़ों का चाहे वो डाइट हो चाहे एक्सरसाइज हो सो मैं हरेक नूं यही कहनी हुंदी हां कि ज़्यादा तो ज़्यादा इंसान पानी पीना चाहिए अपने डाइट शेड्यूल इदा का बना के रखना चाहिए है कि अपना क्योंकि कुल मिला के फिटनेस बहुत जरूरी है टाइम ही में जैसे कुछ भी खा लेने कोई भी चीज़ है कि हाँ बिजी होंगे चलो जो मिल गया बट वो सेहत का ध्यान भी रखना जरूरी है अच्छा मैं चाहनी कि जाते जाते कोई एक इदा का सोंग ऑडियंस में जरूर सुनाओ जो तुहाड़ा बड़ा फेवरेट है तो जो भी फ्री बैठते हो तो वो सोंग जरूर गुनगुना हो अच्छा किसी का कोई भी जो तुहाड़ा कोई अपना फेवरेट है या किसी का कोई तुहाड़ा बहुत फेवरेट है कि हाँ जो तुम बिल्कुल इकले हो तो वो जो सोंग है गुनगुना हो मेरा ना लास्ट ईयर एक गाना आया सी जिहदे विच करण कुंद्रा जी ने फीचर किया सी मेरे नाल सुकून गाना सी और मैनू बहुत पसंद है उहदी वीडियो भी मैनू बहुत पसंद है अपने गाने दी ते गाना ही बहुत सोहना ओ सुना दिया होर फिर दे आ दुनिया ते लख वे मेरे लिया कख वे तेरे ना सुकून मिलिया एक अंबरा नू मिलिया ई चन्न वे दूजा मैनू तू मिलिया एक अंबरा नू मिलिया ई चन्न वे दूजा मैनू तू मिलिया वाह जी वाह अच्छा मैं चाहनी कि मतलब जान देना साड़ी ऑडियंस वास्ते हुण अपकमिंग प्रोजेक्ट्स की ने जिवें मैं गल तां करती फिल्म भी तुहाड़ी जल्द रिलीज़ होने वाली है रीसेंटली एक गाना आ चुका है हो तुसीं हुण अपनी कंपनी जिहड़ी खोली उहदे विच भी गाने आ रहे ने की कुछ नवा होण आएगा मन दे फैनस लई इन फ्यूचर हुण असीं बैक टू बैक गाने गा रहे हां मे बी हो सकता जल्दी जल्दी असी एक ईपी प्लान करिए जिदे विच तुहानू हर तरीके का हर एक फ्लेवर का गाना सुनन नू मिलेगा और उस तो पहला असी एक सिंगल कर रहे हैं और जिहड़ा हुण नैक्सट जिहड़ा सिंगल है उहदे विच तुहानू मेरे च बहुत फर्क दिखेगा मेरे काम दे विच वीडियो दे विच जो मैं जिस तरीके का एक्ट किया या वीडियो ओवरऑल तुहानू वीडियो बहुत पसंद आएगा एंड गाना बहुत सोहना जो नैक्सट कर रहे हैं हले मैं रिवील नहीं करूँगी वह नाम उदा जल्दी असी पोस्ट पावांगे मे बी जुलाई फर्स्ट वीक दे विच असी गाना रिलीज़ करांगे एंड उस तो भी पहला असी एक ऑडियो छड रहे हैं मतलब बैक टू बैक अपने आप नू मैं रखूँगी जी सॉरी वो चीज़ बहुत जरूरी है क्योंकि जो एक नवा गाना आता है तो नाल ऑडियंस एक्साइटमेंट बढ़ जाती है अच्छा होर नवा की आ रहा है तो हम ईपी की गल की है तो डेफिनेटली मैं लगता है कि हम तुम्हारे फैनस अखा टिका के बैठ जाएंगे कि जल्दी जल्दी तुम पोस्ट शेयर करो तो वह जी जानकारी जरूर दो सो मन्नत थैंक यू सो मच तुम अज सा इतने आए साडे चैनल के साथ गलबात की अपने फ्यूचर प्लैनस में लैके अपने सोंग में लैके अपनी जर्नी में लैके क्योंकि मैं लगता है कि साड़ी ऑडियंस में बहुत पसंद आया होगा अज का इंटरव्यू तुम जाते जाते ऑडियंस में कुछ कहना चाहो मैं यही कहना चाहूँगी कि जो मेरा गाना आया मिसिंग मेरे चैनल पर आया एम एन मैलडी से तुम सारे जने मिसिंग सोंग सर्च करके बाय मन्नत नूर तुम सुन सकते हो अपने रिव्यूज शेयर कर सकते हो जो तुम्हें गाना अच्छा लगे जो तुम गाना ठीक ठीक लगे तो अपने रिव्यूज जरूर शेयर करया करो ताकि असं नैक्सट टाइम के लिए कुछ उदा की चीज़ क्योंकि असं तुहाडे लई गाउने आ है ना सो तुहाडा फर्ज बनता कि सानू सही गलत सब चीज़ा दसदा सो अपने अपने रिव्यूज जरूर शेयर करया करो बट जे गाना अच्छा लगता तो वध तो वध शेयर करया करो क्योंकि अच्छी चीज़ा साडी इंडस्ट्री दे विच मैं नहीं कहती कि मैं अच्छी चीज़ा ही गाँदी हाँ बहुत लिमिटेड जी रह गई लिमिटेड जो म्यूजिक रह गया जो अच्छा आता है ना जे अच्छा लगता तो वध तो वध शेयर करया करो ते मैनू इंस्टाग्राम ते जरूर फॉलो करो ये इंपॉर्टेंट है जरूरी है सो थैंक यू सो मच मन्नत गलबात करने के लिए होपफुली किसी फिर जल्दी मुलाकात करिए तुम्हारी ईपी जल्दी जल्दी आए तो गलबात करांगे उसके बारे में थैंक यू सो मच सो ये सन मेरे सिंगर मन्नत नूर जिन्होंने असं गलबात की उनकी जिंदगी लैके अपकमिंग प्रोजेक्ट्स में लैके तो उन्होंने हाल ही जो गाना रिलीज़ होया उसको लैके उम्मीद करती हूँ तुम्हारा इंटरव्यू पसंद आया होगा लेटेस्ट अपडेट में जानने देखते रहो डेली पोस्ट पंजाब हरियाणा हिमाचल